ਜਲਦੀ ਸਾਡੀ ਲੇਟ ਦਾ ਬੇਨਤੀ ਕਰਾਂਗੇ ਅੱਜ ਜਿਵੇਂ ਕਿ ਸਵੇਰੇ 8 ਵਜੇ ਤੋਂ ਲਾਈਟ ਨਹੀਂ ਆ। ਅਸੀਂ ਹਰੇਕ ਜਿੰਨੇ ਵੀ ਸਾਥੀ ਨੇ ਇੱਕ ਇੱਕ ਪੱਖੀਆਂ ਵੰਡ ਰਹੇ ਲੋਕਾਂ ਨੂੰ ਤਾਂ ਜੋ ਆਉਣ ਵਾਲੇ ਟਾਈਮ ਵੀ ਹਲੇ ਲਾਈਟ ਦੀ ਉਮੀਦ ਨਹੀਂ ਆ। ਮੈਂ ਅਪੀਲ ਕਰਦਾ ਕੈਪਟਨ ਸਰਕਾਰ, ਹਰ ਕਿਸੇ ਦੇ ਘਰ ਜਨਰੇਟਰ ਨਹੀਂ ਆ ਮੀਰਾ ਦੀ ਤਰ੍ਹਾਂ, ਨਾ ਹੀ ਇਨਵੈਟਰ ਆ। ਗਰੀਬ ਬੱਚੇ ਨੇ, ਇਹਨਾਂ ਦੇ ਬਾਰੇ ਦੱਸ ਗਾਓ। ਬਿਮਾਰੀ ਵੈਸੇ ਫੈਲੀ ਹੋਈ ਆ, ਗਰੀਬਾਂ ਦੇ ਲਈ ਸੋਚੋ। ਅਤੇ ਲਾਈਟ ਦਿਹਾੜੀ ਦੇ ਵਿੱਚ 3-3 5-5 ਵਾਰ ਜਾਂਦੀ ਆ, ਸਾਰੀ ਦਿਹਾੜੀ ਲਾਈਟ ਨਹੀਂ ਆਉਂਦੀ ਆ। ਅਤੇ ਅੱਜ ਸਵੇਰ ਦੀ 8 ਵਜੇ ਦੀ 6 ਵਜੇ ਦੀ ਲਾਈਟ ਗਈ ਆ। ਬੇਨਤੀ ਆ, ਅਸੀਂ ਫਿਲਹਾਲ ਪਾਣੀ ਡਿਸਟ੍ਰੀਬਿਊਟ ਕਰ ਰਹੇ ਹਾਂ ਅਤੇ ਹਰ ਕਿਸੇ ਨੂੰ ਪੱਖੀਆਂ ਡਿਸਟ੍ਰੀਬਿਊਟ ਕਰ ਰਹੇ ਹਾਂ ਕੈਪਟਨ ਸਰਕਾਰ। ਲੇਟੈਸਟ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਪੰਜਾਬ ਪੇਪਰ।